Bavlani. ਸਭ ਤੋਂ ਪਹਿਲਾਂ ਤਾਂ ਅੱਜ ਫੋਟੋਗ੍ਰਾਫੀ ਦਿਵਸ ਦੇ ਉੱਪਰ ਜਿੰਨੇ ਵੀ ਫੋਟੋਗ੍ਰਾਫਰ ਵੀਰ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਬੜੀ ਖੁਸ਼ ਦੀ ਗੱਲ ਆ ਕਿ ਫੋਟੋਗ੍ਰਾਫਰ ਭਰਾਵਾਂ ਦਾ ਵੀ ਕੋਈ ਦਿਨ ਹੈਗਾ। ਉਸ ਦਿਨ ਦੇ ਉੱਪਰ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਜਿਹੜਾ ਵਾਤਾਵਰਨ ਖਰਾਬ ਹੋ ਰਿਹਾ ਉਹਦੀ ਸ਼ੁੱਧਤਾ ਵਾਸਤੇ ਅੱਜ ਅਸੀਂ ਸ਼ਾਹਕੋਟ ਦੇ ਵਿੱਚ ਕਾਲਜ ਦੇ ਵਿੱਚ ਜਿਹੜੇ ਅਸੀਂ ਬੂਟੇ ਲਗਾ ਰਹੇ ਹਾਂ ਸਾਰੇ ਹੀ ਭਰਾ ਫੋਟੋਗ੍ਰਾਫਰ ਇਕੱਠੇ ਹੋ ਕੇ, ਮੈਨੂੰ ਬੜੀ ਖੁਸ਼ੀ ਆ ਅਤੇ ਮੈਂ ਧੰਨਵਾਦ ਵੀ ਕਰਦਾ ਸਾਰੇ ਫੋਟੋਗ੍ਰਾਫਰ ਵੀਰਾਂ ਦਾ ਕਿ ਸਾਰੇ ਹੀ ਇਹਨਾਂ ਗੱਲਾਂ 'ਤੇ ਬਹੁਤ ਧਿਆਨ ਦਿੰਦੇ ਆ ਕਿ ਜਿਹੜਾ ਸਾਡਾ ਵਾਤਾਵਰਨ ਖਰਾਬ ਹੋ ਰਿਹਾ ਉਹਨੂੰ ਅਸੀਂ ਸ਼ੁੱਧ ਕਰੀਏ ਔਰ ਵਧੀਆ ਹੋਵੇ, ਅਤੇ ਅਸੀਂ ਵੀ ਬਾਹਰਲੇ ਮੁਲਕ ਵਾਂਗੂ ਸਾਡੇ ਵੀ ਜਿਹੜੇ ਆਕਸੀਜਨ ਦੀ ਘਾਟ ਆ ਉਹ ਨਾ ਰਹੇ। ਬਾਕੀ ਜੋ ਸਾਡੇ ਇੱਥੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਆ, ਅਸੀਂ ਸਾਰੀ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਸਾਰੀ ਸੰਗਤ ਨੂੰ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਾਂਗੇ ਕਿ ਵੀਰੋ ਆਪਾਂ ਵੱਧ ਤੋਂ ਵੱਧ ਬੂਟੇ ਲਾਈਏ, ਬੂਟੇ ਲਾ ਕੇ ਅਤੇ ਉਹਨਾਂ ਨੂੰ ਪਾਲੀਏ ਵੀ, ਇਕੱਲੇ ਲਾ ਦੇਣੇ ਹੀ ਕੰਮ ਨਹੀਂ ਉਹਨਾਂ ਨੂੰ ਪਾਲੀਏ ਵੀ। ਔਰ ਮੈਂ ਤਾਂ ਇੱਕ ਹੋਰ ਵੀ ਬੇਨਤੀ ਕਰਦਾ ਕਿ ਜੇ ਪ੍ਰਸ਼ਾਸਨ ਸਾਡੀ ਗੌਰਮੈਂਟ ਸੁਣਦੀ ਹੋਵੇ ਕਿ ਤੁਸੀਂ ਕਰੋੜਾਂ ਰੁਪਈਏ ਖਰਚ ਦਿੰਦੇ ਹੋ ਹਰ ਸਾਲ ਬੂਟੇ ਲਾਉਣ 'ਤੇ, ਕਰੋੜਾਂ ਤੋਂ ਵੀ ਜ਼ਿਆਦਾ ਹੀ ਹੋ ਸਕਦੇ ਆ, ਪਰ ਉਹ ਪਲਦੇ ਕੋਈ ਨਹੀਂ ਹੈਗੇ ਕਿ ਸਾਰੇ ਉਹਨਾਂ ਪਸ਼ੂਆਂ ਦੇ ਨਾਲ ਉਜਾੜਾ ਹੋ ਜਾਂਦਾ। ਉਹਨਾਂ ਦੇ ਉੱਪਰ ਜੇ ਖਿਆਲ ਰੱਖਿਆ ਜਾਵੇ ਤਾਂ ਬੂਟੇ ਮੈਂ ਕਹਿੰਦਾ ਕੋਈ ਘਾਟ ਹੀ ਨਹੀਂ ਰਹਿ ਸਕਦੀ। ਮੇਰੀ ਤਾਂ ਬੇਨਤੀ ਆ ਹੱਥ ਜੋੜ ਕੇ ਸਾਰਿਆਂ ਨੂੰ, ਬਾਕੀ ਜਿੰਨੇ ਵੀ ਭਰਾ ਜੇ ਇੱਥੇ ਆਏ ਆ ਫੋਟੋਗ੍ਰਾਫੀ ਦਿਵਸ ਦੇ ਉੱਪਰ ਬੂਟੇ ਲਾਉਣ ਵਾਸਤੇ, ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।